ਫਿਰੋਜ਼ਪੁਰ ਦੇ ਪਿੰਡ ਆਤੂਵਾਲੇ ਦੇ ਇੱਕ ਘਰ ਵਿੱਚ ਬੀਤੀ ਰਾਤ ਕੁਝ ਲੋਕ ਟਰੈਕਟਰ ਚੋਰੀ ਕਰ ਲਈ ਆਏ ਅਤੇ ਪਤਾ ਚੱਲਣ ਉੱਤੇ ਪਰਿਵਾਰ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਰੁਕਣ ਦੀ ਬਜਾਏ ਟਰੈਕਟਰ ਇੱਕ ਔਰਤ ਦੇ ਉੱਪਰ ਚੜਾ ਦਿੱਤਾ ਜਿਸ ਨਾਲ ਔਰਤਾਂ ਦੇ ਕਾਫੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਉਹਨਾਂ ਨੂੰ ਬੰਨ ਕੇ ਉਹਨਾਂ ਦੀ ਕੁੱਟਮਾਰ ਕੀਤੀ। ਤੇ ਟਰੈਕਟਰ ਅਸੀਂ ਮੰਗ ਕੇ ਲਿਆਂਦਾ ਵਾਹੁਣ ਵਾਸਤੇ ਸਾਹਿਬ ਦੀ ਨਨਾਣ ਕੋਲੋਂ। ਹਾਂਜੀ। ਤੇ ਉਹ ਸਾਡੇ ਕੋਲੋਂ ਚੋਰੀ ਆਇਆ ਕਰਨ ਅਤੇ ਅਸੀਂ ਕਿਹਾ ਵੀ ਬੰਦੇ ਕਿੱਥੋਂ ਆ ਗਏ ਇੱਥੇ, ਕੋਈ ਰਿਸ਼ਤੇਦਾਰ ਹੈ। ਉਦੋਂ ਪਤਾ ਲੱਗਿਆ ਜੋ ਟਰੈਕਟਰ 'ਤੇ ਬਹਿ ਗਿਆ, ਟਰੈਕਟਰ ਉਹਨਾਂ ਸਾਡੇ ਉੱਤੇ ਚੜਾ ਤਾ। ਕੌਣ ਸੀਗੇ, ਸਰਪੰਚ ਸੀ ਕੋਈ? ਇੱਕ ਤਾਂ ਸਰਪੰਚ ਦਾ ਨਾਂ ਦਾ ਪਤਾ ਹੈ, ਸਰਪੰਚ ਸੀਗਾ ਉਹ ਕੁੱਲੇ ਚੱਕ ਦਾ। ਕੀ ਨਾਂ ਦਾ? ਨਰਿੰਜਣ ਕੰਦੇ ਸ਼ਾਹ ਦਾ। ਅੱਛਾ। ਅਤੇ ਉਹਨਾਂ ਨੂੰ ਫਿਰ ਦੋ ਬੰਦਿਆਂ ਨੂੰ ਅਸੀਂ ਫਾੜ ਲਿਆ ਜਨਾਨੀਆਂ ਨੇ, ਅਤੇ ਬਾਕੀ ਬੰਦੇ ਭੱਜ ਗਏ ਟਰੈਕਟਰ ਲੈ ਕੇ। ਹਾਂਜੀ। ਅਤੇ ਬਾਕੀ ਦੋ ਬੰਦਿਆਂ ਨੂੰ ਅਸੀਂ ਬੰਨ ਲਏ। ਤੁਹਾਡੇ 'ਤੇ ਕਿਵੇਂ ਚੜਾਇਆ? ਮੈਂ ਰੋਕਣ ਲੱਗੀ ਸੀ ਵੀ ਵੀਰੇ ਇੱਕ ਵਾਰੀ ਰੁਕ ਜਾਓ ਵੀ ਸਾਨੂੰ ਪਤਾ ਲੱਗੇ ਵੀ ਤੁਸੀਂ ਕਿੱਥੋਂ ਆਏ ਟਰੈਕਟਰ ਲੈਣ। ਉਹਨਾਂ ਜ਼ਬਰਦਸਤੀ ਮੇਰੇ ਉੱਤੇ ਚੜਾ ਤਾ, ਮੇਰਾ ਪੈਰ ਥੱਲੇ ਆ ਗਿਆ ਅੱਗੇ ਵੱਡੇ ਨਿੱਕੇ ਟਾਇਰ ਦੇ। ਉਸ ਤੋਂ ਬਾਅਦ ਸਰਪੰਚ ਨੂੰ ਕੋਈ ਬੰਨ ਕੇ ਵੀ ਉੱਟਿਆ? ਹਾਂ, ਸਰਪੰਚ ਨੂੰ ਫਿਰ ਅਸੀਂ ਬੰਨ ਲਿਆ, ਲੱਫੜ ਲੁੱਫੜ ਮਾਰਿਆ ਉਹਨੇ, ਅਸੀਂ ਹੋਰ ਕੋਈ ਸੱਟ ਨਹੀਂ ਮਾਰੀ। ਅੱਛਾ, ਜਿਹਦੇ 'ਚ ਮਾਫੀਆ ਮੰਗ ਰਿਹਾ? ਹਾਂ, ਅਤੇ ਬਸ ਹੋਰ ਸਾਡੇ ਜੇ ਸਾਨੂੰ ਪਤਾ ਨਹੀਂ ਸੀ ਵੀ ਇਹਨੇ ਸਾਡਾ ਕੋਲ ਟਰੈਕਟਰ ਖੋਣਾ ਸੀ, ਤਾਂ ਉਹਨੇ ਬਣਾ ਵੀ ਕੋਈ ਪ੍ਰਾਹੁਣੇ ਘਰ ਵਿੱਚ ਆਉਣ ਲੱਗੇ ਆ, ਇਹ ਵੀ ਸਰਪੰਚ ਜੇ ਕੋਈ, ਬਾਅਦ 'ਚ ਸਾਨੂੰ ਪਤਾ ਲੱਗਾ ਵੀ ਸਰਪੰਚ। ਅਸੀਂ ਵੇਖਿਆ ਨਹੀਂ ਸੀ ਵੀ ਇਹ ਬੰਦੇ ਕਿੱਥੋਂ ਦੇ ਨੇ। ਹੁਣ ਤੁਹਾਡੀ ਪੁਲਿਸ ਤੋਂ ਕੀ ਮੰਗ ਹੈ? ਸਾਡੀ ਮੰਗ ਇਹੀ ਹੈ ਵੀ ਇਹ ਜਿਹੜੀ ਜ਼ਬਰਦਸਤੀ ਕਰਾ ਰਹੇ ਨੇ ਨਾ ਕਰਾਉਣ, ਘਰਾਂ ਵਿੱਚ ਪੈਣ ਲੱਗ ਗਏ। ਜੇ ਸਾਡਾ ਕੋਈ ਬੰਦਾ ਮਰ ਜਾਂਦਾ ਤਾਂ ਅਸੀਂ ਕੀ ਕਰ ਸਕਦੇ ਸੀ? ਹੋਰ ਤੁਹਾਨੂੰ ਕਿੰਨਾ ਕਿੰਨਾ ਜ਼ਖਮੀ ਕੀਤਾ? ਮਤਲਬ ਕੌਣ ਕੌਣ ਜ਼ਖਮੀ ਹੋਏ? ਅਸੀਂ ਜ਼ਖਮੀ ਦੋ ਜਣੇ ਹਾਂ, ਇੱਕ ਸਾਡਾ ਭਾਅ ਜੀ ਜ਼ਖਮੀ ਹੈ, ਇੱਕ ਅਸੀਂ ਜ਼ਖਮੀ ਹਾਂ। ਠੀਕ ਹੈ। ਹੁਣ ਕੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਦੇ? ਕਾਰਵਾਈ ਦੀ ਕੋਈ ਮੰਗ ਕਰਦੇ? ਕਾਰਵਾਈ ਅਸੀਂ ਤਾਂ ਕਹਿੰਦੇ ਹਾਂ ਵੀ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜਿਹੜੇ ਕਿਸੇ ਦੇ ਘਰੇ ਡਾਕਾ ਮਾਰਨ ਜਾਂਦੇ ਆ ਰਾਤ ਨੂੰ। ਅਸੀਂ 5-7 ਜਣੇ। ਕੌਣ ਆਏ ਸੀਗੇ, ਕੌਣ ਕੌਣ ਸੀ? ਗੁਰਬਿੰਦ ਸਿੰਘ। ਹਾਂਜੀ। ਰਮੇਸ਼ ਸਿੰਘ। ਕੀ ਕਰਨਾ ਹੈ? ਗੁਰਜੰਟ ਸਿੰਘ। ਹਾਂਜੀ ਹਾਂਜੀ। ਗਦਾਰਾ ਸਿੰਘ। ਹਾਂਜੀ। ਸਰਪੰਚ ਨਿਰੰਜਣ ਸਿੰਘ। ਕੀ ਕਰਨ ਆਏ ਸੀਗੇ ਤੁਹਾਡੇ ਕੋਲ? ਟਰੈਕਟਰ ਚੋਰੀ ਕਰਨ ਆਏ। ਅਤੇ ਤੁਹਾਡੇ ਨਾਲ ਕਿਵੇਂ ਕੁੱਟਮਾਰ ਕੀਤੀ ਇਹਨਾਂ ਨੇ? ਕੁੱਟਮਾਰ ਮੈਨੂੰ ਇਹਨਾਂ ਜੀ ਬੁਲਾਇਆ ਵੀ ਆਪਣਾ ਟਰੈਕਟਰ ਲਈ ਜਾਂਦੇ ਨੇ, ਇਹ ਮੰਗ 'ਤੇ ਲੈ ਗਏ ਸੀ। ਉਹਨਾਂ ਫਿਰ ਆਖਿਆ ਵੀ ਆਓ, ਅਤੇ ਮੈਂ ਆਪਣੇ ਕਾਪਾ ਮਾਰ ਦਿੱਤਾ। ਨਹੀਂ, ਟਰੈਕਟਰ ਚੋਰੀ ਕਰਨਾ ਸੀ, ਟਰੈਕਟਰ ਹੈ ਕਿਹਦਾ ਸੀਗਾ? ਆਪਣਾ। ਕੀ ਮਾਮਲਾ ਕੀ ਸੀਗਾ ਟਰੈਕਟਰ ਦਾ? ਮਾਮਲਾ ਕੋਈ ਨਹੀਂ, ਮਾਮਲਾ ਨਹੀਂ। ਨਹੀਂ, ਟਰੈਕਟਰ ਚੋਰੀ ਕਰਨ ਕਿੱਦਾਂ ਆ ਗਏ? ਨਹੀਂ ਪਤਾ, ਕਿਸ ਤਰ੍ਹਾਂ ਇਕੱਠੇ ਹੋ ਗਏ? ਤੁਸੀਂ ਟਰੈਕਟਰ ਦੇ ਮਾਲਕ ਹੋ? ਹਾਂਜੀ। ਠੀਕ ਹੈ। ਅਤੇ ਉਹਨਾਂ ਨੂੰ ਬੰਨ ਕੇ ਕੁੱਟਿਆ ਸਰਪੰਚ ਨੂੰ? ਫਿਰ ਉਸ ਤੋਂ ਫਿਰ ਨਹੀਂ, ਉਹਨੇ ਬੰਨ ਨਹੀਂ ਰੱਖਿਆ ਤਾਂ ਕੁੱਟਿਆ ਨਹੀਂ, ਥੱਪੜ ਥੁੱਪੜ ਦੇ ਗੁੱਸੇ 'ਚ ਮਾਰੀ। ਮਾਫੀਆਂ ਮੰਗ ਰਿਹਾ ਇਹ ਸਰਪੰਚ ਤੋਂ? ਹਾਂਜੀ ਹਾਂਜੀ। ਸਰਪੰਚ ਕਿਹੜੀ ਪਾਰਟੀ ਦਾ ਸੀਗਾ? ਉਹ ਕਾਂਗਰਸ ਦਾ ਜੀ। ਕੀ ਨਾਂ ਦਾ? ਨਿਰੰਜਣ ਸਿੰਘ।